بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀ ਲੌਗ ਚ ਸਜਣਾ ਮਿੱਤਰਾਂ ਭੈਣਾ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਅੱਜ ਦੀ ਗੱਲ ਹੈ ਨੂਨ ਲੀਗ ਤੇ ਰਿਸ਼ਤੇ ਕਰਾਉਣ ਵਾਲੀ ਮਾਈ ਤੁਸੀਂ ਸੋਚਦੇ ਹੋਵੋਗੇ ਕਿ ਖੁਰੇ ਮੈਂ ਕੋਈ ਮਜ਼ਾਕ ਉਡਾ ਰਿਹਾ ਹਾਂ ਮੈਂ ਕੋਈ ਸ਼ੁਗਲ ਮੇਲਾ ਕਰ ਰਿਹਾ ਹਾਂ ਰਿਸ਼ਤੇ ਕਰਾਉਣ ਵਾਲੀ ਮਾਈ ਦਾ ਟੌਪਿਕ ਤੁਹਾਨੂੰ ਲੱਗਦਾ ਹੋਏਗਾ ਜਿਹੜੀ ਜਵੇਲ ਲਤੀਫ ਦੀ ਸਟੇਟਮੈਂਟ ਹੈ ਵੀ ਇਹ ਵਿਆਹ ਧੱਕੇ ਨਾਲ ਕਰਾਇਆ ਗਿਆ ਹੈ ਪੀਪਲਸ ਪਾਰਟੀ ਦਾ ਤੇ ਨੂਨ ਲੀਗ ਦਾ ਇਹ ਹਕੂਮਤ ਸਾਨੂੰ ਧੱਕੇ ਨਾਲ ਦਿੱਤੀ ਗਈ ਹੈ। ਯਾ ਤੁਹਾਨੂੰ ਲੱਗਦਾ ਹੋਏਗਾ ਕਿ ਆਸਿਫ ਕਰਮਾਨੀ ਸਾਹਿਬ ਨੇ ਜਿਹੜਾ ਆਖਿਆ ਵੀ ਇਹ ਧੱਕੇ ਨਾਲ ਵਿਆਹ ਕਰਾਇਆ ਗਿਆ ਹੈ। ਇਹ ਸ਼ਾਦੀ ਧੱਕੇ ਦੀ ਹੈ। ਮੈਂ ਉਹਦੇ ਤੇ ਕੋਈ ਗੱਲ ਕਰਨਾ ਚਾਹਨਾ ਨਹੀਂ। ਉਹਦੀ ਮੁਰਾਸਬਤ ਨਾਲ ਰਿਸ਼ਤੇ ਕਰਾਉਣ ਵਾਲੀ ਮਾਈ ਦੀ ਗੱਲ ਕਰਨ ਨਹੀਂ ਆ। ਨਾ ਨਾ ਇਹ ਗੱਲ ਨਹੀਂ ਹੈਗੀ। ਨੂਨ ਲੀਗ ਦੇ ਇੱਕ ਬੜੇ ਖਾਸ ਬੰਦੇ ਨੇ ਅਸਲ ਤੇ ਅਸਲ ਤੌਰ ਤੇ ਰਿਸ਼ਤੇ ਕਰਾਉਣ ਵਾਲੀ ਮਾਈ ਦਾ ਕੰਮ ਕੀਤਾ। ਲੋਕਾਂ ਦੇ ਰਿਸ਼ਤੇ ਕਰਾਉਣੇ ਸ਼ੁਰੂ ਕੀਤੇ ਤੇ ਫੜਿਆ ਗਿਆ। ਉਹਨੇ ਇੱਕ ਵੈਬਸਾਈਟ ਬਣਾਈ ਉਹਦੇ ਉੱਤੇ ਰਿਸ਼ਤੇ ਕਰਾਉਣ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਰਿਪੋਰਟਡਲੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਦੇ ਵਿੱਚ ਤੇ ਹੋਰ ਹੀ ਕੰਮ ਪਾ ਰਿਆ ਸੀ ਉਹ ਰਿਸ਼ਤੇ ਤੇ ਕਰਾ ਹੀ ਰਿਆ ਸੀ ਨੌਨ ਲੀਗ ਵਾਲੇ ਇਹੀ ਕੰਮ ਕਰਦੇ ਨੇ ਲੇਕਿਨ ਅੰਦਰ ਖਾਤੇ ਹੋਰ ਕੰਮ ਪਾ ਰਿਆ ਸੀ ਨੌਨ ਲੀਗ ਵਾਲਾ ਕਿਹੜਾ ਹੋਵੇ ਜਿਹੜਾ ਸਿੱਧੇ ਕੰਮ ਕਰਦਾ ਏ ਉਹ ਫਿਰ ਨੌਨ ਲੀਗ ਵਾਲਾ ਹੀ ਕਿਹੜਾ ਜਿਹੜਾ ਸਿੱਧੇ ਕੰਮ ਕਰ ਛੜੇ ਤੇ ਇਹ ਖਬਰ ਤੁਹਾਨੂੰ ਦਿਆਂਗੇ ਵਾਕਿਆ ਹੀ ਰਿਸ਼ਤੇ ਕਰਾਉਣ ਵਾਲੀ ਵੈਬਸਾਈਟ ਹੈ ਪਹਿਲਾਂ ਤੇ ਤੁਹਾਨੂੰ ਦੱਸਦੇ ਆਂ ਵੀ ਵੈਬਸਾਈਟ ਹੁੰਦੀ ਕੀ ਏ ਇਹ ਪਹਿਲਾਂ ਸਮਝ ਲਓ ਫਿਰ ਤੁਹਾਨੂੰ ਦੱਸਦੇ ਆਂ ਵੀ ਇਹ ਇਨੇ ਕੰਮ ਪਾਇਆ ਕੀ ਸੀ ਤੇ ਫੜਿਆ ਕਿਵੇਂ ਗਿਆ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਤੇ ਰਿਸ਼ਤੇ ਇਹ ਹੀ ਹੈ ਕਿ ਮਾਸੀ ਦੀ ਧੀ ਨਾਲ ਹੋ ਗਿਆ ਪੁੱਪੀ ਦੀ ਧੀ ਨਾਲ ਹੋ ਗਿਆ ਜਵਾਗ ਸਾਰੇ ਲੋਕਾਂ ਨੂੰ ਪਤਾ ਹੁੰਦੇ ਨੇ ਆਪਣੇ ਆਪਣੇ ਤੇ ਉਹ ਪਹਿਲਾਂ ਹੀ ਅੱਖ ਰੱਖ ਲੈਂਦੀਆਂ ਨੇ ਮਾਵਾ ਪਿਆ ਮੈਂ ਭੈਣ ਦੇ ਹਲ ਵਿਆਉਣਾ ਇਧਰੋਂ ਸਾਖ ਮੰਗਣਾ ਤੇ ਆ ਭੂਆ ਵੱਲੋਂ ਮੰਗਣਾ ਤੇ ਆ ਫਲਾਨਿਆਂ ਵੱਲੋਂ ਮੰਗਣਾ ਬਹਰਲ ਇਹ ਵੀ ਤੁਹਾਨੂੰ ਪਤਾ ਹੈ ਸਾਡੇ ਪੰਜਾਬੀਆਂ ਦੀ ਸਾਜ਼ਿਸ਼ ਦਾ ਕਿ ਮਾਂ ਨੇ ਸਾਰੀ ਉਮਰ ਇਹ ਦੱਸਿਆ ਹੁੰਦਾ ਵੀ ਹਿੰਦੁਸਤਾਨ ਨਾਲੋਂ ਵੀ ਭੈੜੀ ਤੁਹਾਡੀ ਭੂਆ ਹੈ مین اکثر ਕਰਾਂ ਸਾਰਿਆਂ ਜੀ ਨਹੀਂ ਇੰਜ ਹੁੰਦਾ ਪਰ ਬਹੁਤੇ ਘਰਾਂ ਦੇ ਵਿੱਚ ਹਰ ਸ਼ੈ ਪੁੱਠੀ ਸਿੱਧੀ ਦੀ ਜ਼ੁਬੇਦਾਰ ਮਾਂ ਤੁਹਾਡੀ ਨੇ ਕੰਨ ਚ ਇਹੀ ਪਾਉਣਾ ਵੀ ਭੂਆ ਹੀ ਐ ਇਸੇ ਤਰੀਕੇ ਨਾਲ ਭੂਆ ਲੱਭ ਜਾਏ ਜਾਂ ਦਾਦੀ ਲੱਭ ਜਾਏ ਤੇ ਉਹਨੇ ਕੰਨ ਚ ਇਹੀ ਪਾਉਣਾ ਵੀ ਪੁੱਤਰ ਸਾਡਾ ਟੱਬਰ ਤੇ ਬੜਾ ਚੰਗਾ ਸੀ ਤੇਰੇ ਨਾਨਕੇ ਹੀ ਭੜੇ ਨੇ ਇਹ ਤੇ ਜਿਹੜੀ ਐ ਨਾ ਕਸ਼ਮਕਸ਼ ਚੱਲਦੀ ਰਹਿੰਦੀ ਐ ਪਿਓ ਦੀ ਕੋਸ਼ਿਸ਼ ਹੁੰਦੀ ਐ ਕਿ ਮੇਰੇ ਭੈਣ ਭਰਾ ਮੇਰੇ ਧੀ ਪੁੱਤਰ ਦਾ ਰਿਸ਼ਤਾ ਹੋਵੇ ਤੇ ਮਾਂ ਦੀ ਕੋਸ਼ਿਸ਼ ਹੁੰਦੀ ਵੀ ਸਾਖ ਜਿਹੜਾ ਐ ਨਾ ਉਹ ਮੇਰੀ ਭੈਣ ਵਾਲੀਆ ਮੇਰੇ ਭਰਾਵਲ ਜਾਂ ਮੇਰੇ ਰਿਸ਼ਤੇਦਾਰਾਂ ਜ ਕਿਸੇ ਪਾਸੇ ਹੋਵੇ ਇਹ ਤੇ ਚਲੋ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਹੈ ਤੇ ਇਹਦੇ ਉੱਤੇ ਸਾਡੇ ਪੰਜਾਬੀਆਂ ਦੀ ਸਾਜ਼ਿਸ਼ ਆਪੋ ਦੀ ਜਾਂ ਆਪੋ ਜਿਹੜਾ ਸ਼ਗਲ ਮੇਲਾ ਹੀ ਰੌਲਾ ਗੋਲਾ ਚੱਲਦਾ ਰਹਿੰਦਾ ਹੈ ਜੇ ਕੋਈ ਅਿਆਂਆਂ ਦੇ ਵਿੱਚ ਕੋਈ ਜੋੜ ਮੇਲ ਵਿਆਹਾਂ ਦਾ ਉਮਰਾਂ ਦਾ ਨਾ ਬਣਦਾ ਹੋਵੇ ਆਪਣੇ ਟੱਬਰਾਂ ਦੇ ਵਿੱਚ ਤੇ ਫਿਰ ਵਿਚੋਲੇ ਪਾਏ ਜਾਂਦੇ ਨੇ ਪਿੰਡਾਂ ਦੇ ਨਾਈ ਪਿੰਡਾਂ ਦੇ ਮਰਾਸੀ ਵਿਚੋਲੇ ਉਹ ਕੋਈ ਛਾਪ ਲੈਂਦਾ ਹੈ ਵਿਆਹ ਕਰਵਾ ਕੇ ਤੇ ਹੁਣ ਤੇ ਚੂੜੀਆਂ ਵੀ ਲੈਂਦੇ ਨੇ ਤੇ ਕੰਗਣ ਵੀ ਲੈਂਦੇ ਨੇ ਤੇ ਕੰਮ ਵੱਧਦਾ ਜਾ ਰਿਹਾ ਪਹਿਲਾਂ ਤੇ ਛਾਪ ਤੇ ਕੰਮ ਹੋ ਜਾਂਦਾ ਸੀ ਅੰਗੂਠੀ ਤੇ ਮੇਰਾ ਮਤਲਬ ਹੈ ਤੇ ਉਹ ਕੋਈ ਨਾ ਕੋਈ ਵਿਚੋਲਾ ਵਿੱਚ ਪੈਂਦਾ ਸੀ ਤੇ ਉਹ ਆਂਦਾ ਸੀ ਕਿ ਮੈਂ ਇੱਕ ਛਾਪ ਲਵਾਵਾਂਗਾ ਕੋਈ ਆਂਦਾ ਸੀ ਮੈਂ ਬੁੱਢੀ ਦੀ ਛਾਪ ਵੀ ਲਵਾਵਾਂਗਾ ਨਾਈ ਦੀ ਵੀ ਲਵਾਵਾਂਗਾ ਨੈਣ ਨੈਣ ਦੀ ਵੀ ਲਵਾਵਾਂਗਾ ਦੋ ਛਾਪਾਂ ਦੇ ਹੋ ਕੇ ਰਿਸ਼ਤਾ ਕਰਾਵਾਂਗੇ ਤੇ ਇੰਜੇ ਜਿਹੜੇ ਵਿਚੋਲੇ ਸਨ ਇਹ ਪਿੰਡ ਪਿੰਡ ਫੇਰ ਕੇ ਉਹਦੇ ਧੀ ਪੁੱਤਰ ਲੋਕਾਂ ਦਾ ਵੇਖ ਕੇ ਜਿਹੜਾ ਚੰਗਾ ਹੁੰਦਾ ਸੀ ਉਹਨਾਂ ਦੀ ਹਵੇਲੀ ਜ਼ਮੀਨ ਹਰ ਸ਼ੈ ਵੇਖ ਕੇ ਤੇ ਫਿਰ ਮੈਚ ਮੇਕਿੰਗ ਕਰਦੇ ਸਨ ਇੱਕ ਦੂਜੇ ਦੇ ਨਾਲ ਰਿਸ਼ਤੇ ਬਣਵਾਉਂਦੇ ਸਨ ਆਪਣਾ ਲਾਗ ਲੈ ਕੇ ਨਿਕਲ ਜਾਂਦੇ ਸਨ ਤੇ ਇੱਕ ਪੰਜਾਬੀ ਦੀ ਇਹ ਵੀ ਮਿਸਾਲ ਹੈ ਵੀ ਸਾਡਾ ਲਾਗ ਜਿਹੜਾ ਹਰਾ ਹੋ ਜਾਏ ਕੁੜੀ ਭਵੇਂ ਜਾਂਦੀ ਰੰਡੀ ਹੋ ਜਾਏ ਮਤਲਬ ਕਹਿਣ ਦਾ ਇਹ ਹੈ ਕਿ ਕੁੜੀ ਭਵੇਂ ਜਾਂਦੀ ਹੀ ਉਹਦਾ ਮਤਲਬ ਕਿ ਉਹਦਾ ਵਿਆਹ ਟੁੱਟ ਜਾਏ ਜਾਂ ਉਹਦਾ ਸ਼ੋਹਰ ਮਰ ਜਾਏ ਜਾਂ ਜੋ ਮਰਜੀ ਰੱਬ ਰੱਬ ਨਾ ਕਰੇ ਹੋ ਜਾਏ ਲਾਗੀ ਦਾ ਕੰਮ ਹੈ ਵੀ ਉਹਨੂੰ ਲਾਗ ਮਿਲ ਜਾਏ ਜਿਹੜਾ ਉਹਨੇ ਕੰਮ ਕੀਤਾ ਉਹਦੀ ਮਿਹਨਤ ਮੁੜਾਵੇ ਇੱਕ ਪੰਜਾਬੀ ਦੀ ਅਖਾਣ ਹੈ ਇੱਕ ਪੰਜਾਬੀ ਦੀ ਗੱਲਬਾਤ ਹੈ ਬਹਰ ਹਾਲ ਇਹਨਾਂ ਗੱਲਾਂ ਤੋਂ ਨਿਕਲਦੇ ਇਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬੀ ਦੇ ਵਿੱਚ ਪੰਜਾਬ ਦੇ ਕਲਚਰ 'ਚ ਰਿਸ਼ਤੇ ਹੁੰਦੇ ਕਿਵੇਂ ਸਨ ਹੁਣ ਨਵੀਂ ਕਾਰਵਾਈ ਸੀ ਜੀ ਨੂਨ ਲੀਗ ਦੇ ਇੱਕ ਮਬਈਨਾ ਤੌਰ ਤੇ ਇੱਕ ਕਰਨਲ ਰਿਟਾਇਰਡ ਸੈਫ ਸਾਹਿਬ ਆਕਿਆ ਜਾਂਦਾ ਹੈ ਨਵਾ ਸ਼ਿਫ ਸਾਹਿਬ ਦੇ ਰਿਪੋਰਟਡਲੀ ਬੜੇ ਕਰੀਬ ਸਨ ਉਹਨਾਂ ਦੇ ਪੁੱਤਰ ਉਮਰ ਸਾਹਿਬ ਸਾਹਿਬ ਵੀ ਰਿਪੋਰਟਡਲੀ ਆਖਿਆ ਜਾਂਦਾ ਹੈ ਕਿ ਬੜੇ ਕਰੀਬ ਸਨ ਜਦੋਂ ਸ਼ਬਾਸ਼ ਸ਼ਰੀਫ ਦਾ ਜ਼ਮਾਨਾ ਸੀ ਤੇ ਉਹਨਾਂ ਨੂੰ ਬੜੀ ਤਗਲੀ ਤਗੜੀ ਪੋਜੀਸ਼ਨ ਦਿੱਤੀ ਗਈ ਸੀ ਜਿੱਥੋਂ ਉਹਨਾਂ ਨੂੰ ਚੰਗੀ ਤਨਖਾਹ ਨਿਕਾਲ ਲੱਭੇ ਤੇ ਉਹਨਾਂ ਵੀ ਲੋਕਾਂ ਨੂੰ ਚੰਗਾ ਜਿਹੜਾ ਨਾ ਉਹ ਮੈਂ ਇਹ ਆਖਾਂ ਵੀ ਚੰਗੀ ਟੋਪੀ ਪੁਵਾਈ ਲੋਕਾਂ ਨੂੰ ਜਿੱਥੋਂ ਪੜੇ ਸਨ ਉਹ ਵੀ ਦੱਸਿਆ ਜਿੱਥੋਂ ਨਹੀਂ ਪੜੇ ਸਨ ਉਹ ਵੀ ਦੱਸਿਆ ਜਿੱਥੇ ਕੋਈ ਥੋੜੇ 2 4 6 ਮਹੀਨੇ ਸਾਲ ਆਸਤੇ ਕੋਈ ਰਿਸਰਚ ਕਰਨ ਗਏ ਸਨ ਉਹਨਾਂ ਵੀ ਆਪਣਾ ਯੂਨੀਵਰਸਿਟੀ ਬਣਾ ਲਿਆ ਹਰ ਹਰ ਚੀਜ਼ ਨੂੰ ਆਪਣੇ ਆਪ ਨੂੰ ਵਧਾ ਚੜਾ ਕੇ ਦੱਸ ਕੇ ਤੁਹਾਨੂੰ ਪਤਾ ਨਵਾਜ ਸਿੰਘ ਸ਼ਿਵ ਸ਼ਿਵ ਉਂਝ ਵੀ ਏਡੇ ਪੜੇ ਲਿਖੇ ਕੋਈ ਨਹੀਂ ਤੇ ਕੋਈ ਬੰਦਾ ਅੰਗਰੇਜ਼ੀ ਸ਼ ਅੰਗਰੇਜ਼ੀ ਬੋਲੇ ਔਰ ਆਪਣੇ ਆਪ ਦੇ ਬਾਰੇ ਦੱਸੇ ਵੀ ਮੈਂ ਆ ਜਾਣਦਾ ਆ ਜਾਣਦਾ ਉਂਝ ਹੀ ਪਸ ਜਾਂਦੇ ਨੇ ਇਸ ਬੰਦੇ ਨੇ ਵੀ ਇਹੀ ਬਰੀਕ ਵਾਰਦਾਤ ਕੀਤੀ ਮਤੇ ਇਹਨੇ ਆਪਣੇ ਆਪ ਨੂੰ ਵੇਚ ਕੇ ਤੇ ਚੰਗੇ ਅਹੁਦੇ ਜਿਹੜੇ ਨਾ ਤਗੜੇ ਉਹਨਾਂ ਦੇ ਕੋਲੋਂ ਲੈ ਲਏ ਬਹਰਲ ਹੁਣ ਅੱਜ ਇਹ ਖਬਰ ਸਾਹਮਣੇ ਆਈ ਹੈ ਕਿ ਇਹ ਜਿਹੜੇ ਉਮਰ ਸੈਫ ਸਾਹਿਬ ਜਿਹੜੇ ਇਸ ਵੇਲੇ ਵਜ਼ੀਰ ਨੇ ਆਈਟੀ ਦੇ ਕਾਦੇ ਆਈਟੀ ਦੇ ਇਹਨਾਂ ਇੱਕ ਵੈਬਸਾਈਟ ਬਣਾਈ ਸੀ ਜਿਹਦਾ ਨਾਂ ਸੀ ਦਿਲ ਦਾ ਰਿਸ਼ਤਾ ਮਤਲਬ ਦਿਲਦਾਰ ਰਿਸ਼ਤਾ ਇਹਨੇ ਆਪਣੇ ਟਵੀਟ ਚ ਆਖਿਆ ਕਿ ਪਾਕਿਸਤਾਨ ਦੇ ਵਿੱਚ ਲੋਕੀ ਮਰਦੇ ਫਿਰਦੇ ਨੇ ਵਿਆਹ ਕਰਾਉਣ ਨੂੰ ਲੇਕਿਨ ਇੱਥੇ ਕੋਈ ਵਿਆਹ ਕਰਾਉਣ ਵਾਲਾ ਹੈ ਹੀ ਕੋਈ ਨਹੀਂ ਇੰਨੀ ਯੂਥ ਹੈ ਕਰੋੜਾਂ ਲੋਕ ਨੇ ਪਰ ਉਹਨਾਂ ਦਾ ਵਿਆਹ ਕਰਾਉਣ ਦੀ ਕੋਈ ਸਰਵਿਸ ਹੀ ਮੌਜੂਦ ਨਹੀਂ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਤੇ ਵਿਚੋਲੇ ਜਾਂ ਟੱਬਰ ਆਪਣਾ ਇੱਕ ਦੂਜੇ ਨਾਲ ਰਲ ਕੇ ਵਿਆਹ ਕਰਾਉਂਦਾ ਹੈ ਬਾਹਰ ਗੋਰਿਆਂ ਦੇ ਵਿੱਚ ਤੇ ਰਿਵਾਜ ਨਹੀਂ ਹੈਗਾ ਉੱਥੇ ਤੇ ਆਪੋ ਆਪਣਾ ਹੀ ਕਰਨਾ ਹੁੰਦਾ ਹੈ ਇਹ ਜਿਵੇਂ ਫੇਸਬੁਕ ਹੈ ਨਾ ਐਵੇਂ ਉੱਥੇ ਵੈਬਸਾਈਟਾਂ ਬਣੀਆਂ ਨੇ ਉਹਦੇ ਉੱਤੇ ਲੋਕ ਆਪਣੀਆਂ ਆਪਣੀਆਂ ਤਸਵੀਰਾਂ ਕੱਦ ਤਾਲੀਮ ਤਨਖਾਹ ਸ਼ਨਖਾ ਇਹੋ ਜੀ ਸਾਰੀ ਇਨਫੋਰਮੇਸ਼ਨ ਉੱਤੇ ਮੈਟ੍ਰਿਮੋਨੀਅਲ ਉਹਨਾਂ ਨੂੰ ਆਖਦੇ ਨੇ ਉਹਦੇ ਉੱਤੇ ਉਹ ਚਾੜ ਦਿੰਦੇ ਨੇ ਕੁੜੀਆਂ ਵੀ ਮੁੰਡੇ ਵੀ ਇੱਕ ਦੂਜੇ ਨੂੰ ਵੇਖ ਕੇ ਤੇ ਫਿਰ ਉੱਥੋਂ ਜਿਹੜਾ ਨਾ ਇੱਕ ਦੂਜੇ ਨਾਲ ਮਿਲ ਗੇਲ ਸ਼ੁਰੂ ਕਰਦੇ ਨੇ ਤੇ ਉੱਥੋਂ ਰਿਸ਼ਤੇ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਇਹ ਪਹਿਲਾਂ ਤੇ ਯੂਰਪ ਤੇ ਅਮਰੀਕਾ ਦੇ ਵਿੱਚ ਕੰਮ ਹੋਇਆ ਉਸ ਤੋਂ ਬਾਅਦ ਅਮਰੀਕਾ 'ਚ ਇਹ ਕੰਮ ਜਿਹੜਾ ਹਿੰਦੁਸਤਾਨ ਦੇ ਵਿੱਚ ਇਹ ਕੰਮ ਬਹੁਤ ਚੱਲਣਾ ਸ਼ੁਰੂ ਹੋਇਆ ਤੇ ਇਸ ਤਰੀਕੇ ਨਾਲ ਰਿਸ਼ਤੇ ਜਿਹੜੇ ਤੁਸੀਂ ਪਾਕਿਸਤਾਨ 'ਚ ਵੀ ਵੇਖਦੇ ਹੋਵਗੇ ਰਿਸ਼ਤੇ ਕਰਾਉਣ ਵਾਲੀਆਂ ਮਾਈਆਂ ਜਿਹੜੀਆਂ ਨੇ ਉਹ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਦਿੰਦੀਆਂ ਨੇ ਇਹ ਹੁਣ ਜਿਹੜੇ ਵਜ਼ੀਰ ਸਾਹਿਬ ਨੇ ਇਹਨਾਂ ਨੇ ਇੱਕ ਵੈਬਸਾਈਟ ਲਾਂਚ ਕੀਤੀ ਦਿਲ ਦਾ ਰਿਸ਼ਤਾ ਦਿਲ ਕਾ ਰਿਸ਼ਤਾ ਔਰ ਇਹਨਾਂ ਆਖਿਆ ਜੀ ਕਿ ਮੇਰੇ ਮੇਰੀ ਵੈਬਸਾਈਟ ਤੇ ਆਓ ਤੇ ਆਪਣਾ ਆਪਣਾ ਵਿਆਹ ਕਰੋ ਮੈਂ ਰਿਸ਼ਤੇ ਕਰਾਉਣ ਵਾਲੀ ਮਾਈ ਆ ਮੈਂ ਤੁਹਾਡਾ ਜਿਹੜਾ ਕੰਮ ਸਿੱਧਾ ਕਰਾਵਾਂਗੀ ਮੇਰੀ ਵੈਬਸਾਈਟ ਦੇ ਉੱਤੇ 5 ਲੱਖ ਬੰਦਾ ਰਿਪੋਰਟਡਲੀ ਜਿਹੜਾ ਟਵੀਟ ਸਾਨੂੰ ਨਜ਼ਰ ਆ ਰਿਹਾ ਹੈ ਉਹ 5 ਲੱਖ ਬੰਦਾ ਜਿਹੜਾ ਹੈ ਨਾ ਜੀ ਉਹਦੇ ਵੈਰੀਫਾਈਡ ਜਿਹੜੇ ਨਾ ਅਕਾਊਂਟ ਨੇ ਮਤਲਬ ਕਿ ਵੈਰੀਫਾਈਡ ਲੋਕੀ ਮੌਜੂਦ ਨੇ ਜਿਹੜੇ ਰਿਸ਼ਤੇ ਲੱਭਦੇ ਫਿਰਦੇ ਨੇ ਔਰ ਨਾਲ ਕੋਈ ਸ਼ਾਇਦ 50 ਹਜ਼ਾਰ ਕੇ 10 ਹਜ਼ਾਰ ਮੈਨੂੰ ਚੇਤਾ ਨਹੀਂ ਕਿੰਨੇ ਉਹਨਾਂ ਆਖਿਆ ਮੈਰਿਜ ਬਿਊਰੋ ਜਿਹੜੇ ਨਾ ਜਿਹੜੇ ਰਿਸ਼ਤੇ ਕਰਾਉਣ ਵਾਲੀਆਂ ਮਾਸੀਆਂ ਨੇ ਉਹ ਵੀ ਸਾਡੇ ਕੋਲ ਮੌਜੂਦ ਨੇ ਤੇ ਅਸੀਂ ਤੁਹਾਨੂੰ ਇਹ ਖਿਦਮਤ ਦੇਾਂਗੇ ਸਾਡੇ ਕੋਲੇ ਆਓ ਪਰ ਮੈਂ ਜਿਵੇਂ ਤੁਹਾਨੂੰ ਆਖਿਆ ਪੀਓ ਨੂਨ ਲੀਗ ਵਾਲਾ ਹੀ ਕਿਹੜਾ ਜਿਹੜਾ ਕੰਮ ਸਿੱਧਾ ਕਰਦਾ ਉਹ ਅੱਜ ਖਬਰੇ ਆਈ ਹੈ ਦੁਬਾਰਾ ਰਿਪੋਰਟਡਲੀ ਆਕਾਂਗਾ ਕਿਉਂਕਿ ਸਾਹਮਣੇ ਕੋ ਕਾਗਜ਼ ਨਹੀਂ ਬਹਰਲ ਇੰਟਰਨੈਟ ਤੇ ਹਰ ਥਾਂ ਤੇ ਖਬਰ ਪੜੀ ਹੈ ਇਸ ਲਈ ਤੁਹਾਨੂੰ ਦਿੱਤੀ ਹੈ ਅੱਜ ਖਬਰ ਆਈ ਹੈ ਕਿ ਜਿਹੜਾ ਆਈਟੀ ਦਾ ਆਪ ਮਿਨਿਸਟਰ ਹੈ ਨਾ ਬੰਦਾ ਉਹਦੀ ਆਪਣੀ ਵੈਬਸ ਦਾ ਰਿਕ ਚੌਧਰੀ ਨਜ਼ਾਮਦੀਨ ਕੀਤੀ ਹੋਣੀ ਹੈ ਔਰ ਇਲਜ਼ਾਮ ਲਾਇਆ ਹੈ ਉਹਨਾ ਪੀਟੀਏ ਵਾਲਿਆਂ ਨੇ ਜਿਨ੍ਹਾਂ ਨੇ ਵੀ ਬੰਦ ਕੀਤੀ ਹੈ ਕਿ ਜਨਾਬ ਇਹ ਜਿਹੜੀ ਵੈਬਸਾਈਟ ਸੀ ਨਾ ਇਹ ਸਾਡੇ ਸਿਕਿਉਰਿਟੀ ਏਜੰਸੀ ਦੇ ਲੋਕਾਂ ਦੇ ਡਾਟੇ ਇਕੱਠੇ ਕਰਦੇ ਫਿਰਦੇ ਸਨ ਤੇ ਡਾਟੇ ਇਕੱਠੇ ਕਰ ਰਹੇ ਸਨ ਵਿਆਹ ਸ਼ਾਦੀ ਕਰਾਉਣ ਦੇ ਬਹਾਨੇ ਆਪੇ ਤੁਸੀਂ ਸੋਚ ਲਓ ਪਹਿਲਾਂ ਤੇ ਸਵਾਲ ਇਹ ਪੁੱਛਣਾ ਚਾਹੀਦਾ ਸਿਕਿਉਰਿਟੀ ਵਾਲਿਆਂ ਕੋ ਵੀ ਭਾਈ ਤੁਹਾਨੂੰ ਕੋਈ ਵਿਚੋਲਾ ਨਹੀਂ ਲੱਭਦਾ ਵਿਆਹ ਕਰਾਉਣ ਆਸਤੇ ਨਜ਼ਾਮਦੀਨ ਸਾਹਿਬ ਦੇ ਬੰਦੇ ਹੋ ਤੁਸੀਂ ਜ਼ਰੂਰ ਵੈਬਸਾਈਟ ਤੋਂ ਜਾ ਕੇ ਵਿਆਹ ਕਰਾਉਣਾ ਸੀ ਇਸੇ ਵੈਬਸਾਈਟ ਤੇ ਹੀ ਆਪਣਾ ਡਾਟਾ ਸਾਰਾ ਭਰਨਾ ਸੀ ਬਹਰਲ ਵੈਬਸਾਈਟ ਬ ਔਰ ਵੈਬਸਾਈਟ ਤੇ ਇਲਜ਼ਾਮ ਲਾਇਆ ਹੈ ਕਿ ਉਹ ਜਿਹੜਾ ਵਿਆਹ ਕਰਾਉਣ ਦੇ ਬਹਾਨੇ ਡਾਟਾ ਲੈਂਦੇ ਸਨ ਨਾ ਉਹ ਬੁਨਿਆਦੀ ਤੌਰ ਤੇ ਉਹ ਸਿਕਿਉਰਿਟੀ ਏਜੰਸੀਆਂ ਜਿਸ ਤਰ੍ਹਾਂ ਸਾਡੇ ਕੋਈ ਫੌਜ ਦੇ ਬੰਦੇ ਹੋਣਗੇ ਜਾਂ ਹੋਰ ਏਜੰਸੀਆਂ ਦੇ ਬੰਦੇ ਉਹ ਵੀ ਵਿਆਹ ਕਰਨਾ ਚਾਹੁੰਦੇ ਹੋਣਗੇ ਇਸ ਵੈਬਸਾਈਟ ਤੇ ਜਾ ਕੇ ਆਪਣਾ ਡਾਟਾ ਭਰਦੇ ਹੋਣਗੇ ਤੇ ਉਹ ਅੱਜ ਉਹਨਾਂ ਦੇ ਉੱਤੇ ਇਲਜ਼ਾਮ ਇਹ ਲੱਗਾ ਕਿ ਸਿਕਿਉਰਿਟੀ ਏਜੰਸੀਆਂ ਦਾ ਡਾਟਾ ਜਿਹੜਾ ਨਾ ਉਹਨਾਂ ਦੇ ਨਾਲ ਜਿਹੜੇ ਲੋਕੀ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਡਾਟਾ ਹੈ ਵੈਬਸਾਈਟ ਜਿਹੜੀ ਹੈ ਉਹ ਹਥਿਆਰ ਰਹੀ ਸੀ ਇਕੱਠਾ ਕਰ ਰਹੀ ਸੀ ਗੈਰ ਕਾਨੂੰਨੀ ਤੌਰ ਤੇ ਜਿਹਦੀ ਵਜ੍ਹਾ ਤੋਂ ਇਹਦੇ ਤੇ ਪਾਬੰਦੀ ਲੱਗੀ ਹੁਣ ਨੂਨ ਲੀਗ ਵਾਲਿਆਂ ਦੀ ਹਾਲਤ ਵੇਖੋ ਇਹਨਾਂ ਦੀ ਬੇਰੋਜ਼ਗਾਰੀ ਤੇ ਰਿਸ਼ਤੇ ਕਰਾਉਣ ਵਾਲੀ ਮਾਈ ਬਣੇ ਨੇ ਉਹ ਕੰਮ ਵੀ ਇਹਨਾਂ ਦਾ ਨਹੀਂ ਚੱਲਣ ਡਿਆ ਇਹ ਤੁਸੀਂ ਖਬਰ ਜਿਹੜਾ ਆਪ ਵਜ਼ੀਰ ਹੈ ਵੈਬਸਾਈਟਾਂ ਦਾ ਜਿਹੜਾ ਟਵਿੱਟਰ ਬੰਦ ਕਰਦਾ ਹੈ ਇੰਟਰਨੈਟ ਬੰਦ ਕਰਦਾ ਹੈ ਜਿਹਦੀ وزارت ਸਾਰੀਆਂ ਕਰਤੂਤਾਂ ਕਰਦੀ ਹੈ ਉਹਦੀ ਵੈਬਸਾਈਟ ਆਪਣੀ ਬੰਦ ਹੋ ਗਈ ਇਹਤ ਗੱਲ ਇੱਥੇ ਮੁੱਕੀ ਹੁਣ ਆ ਜਾਈਏ ਨੇ ਦੂਜੀ ਗੱਲ ਵਾਲੇ ਪਾਸੇ ਜਵੇਦ ਲਤੀਫ ਸਾਹਿਬ ਇੱਕ ਬਿਆਨ ਦਿੱਤਾ ਨਵਾਂ ਉਹਨਾਂ ਆਖਿਆ ਭਾਈ ਮੈਂ 8 ਤਰੀਕ ਨੂੰ ਨਹੀਂ ਮੈਂ ਨਾ 8 ਨੂੰ ਜਿੱਤੇ ਆ ਨਾ 9 ਨੂੰ ਜਿੱਤੇ ਆ ਇਹ ਮਹਿਣਾ ਮਹਿਣਾ ਤਾਨਾ ਜਿਹੜਾ ਹੈ ਉਹ ਲੋਕੀ ਮਾਰਦੇ ਫਿਰਦੇ ਨੇ ਪਾਕਿਸਤਾਨ ਤਰੀਕੇ ਇਨਸਾਫ ਵਾਲੇ ਮਾਰਦੇ ਫਿਰਦੇ ਨੇ ਕਿ ਇਹ ਜਿਹੜੇ ਜਿੱਤੇ ਹੋਏ ਨੇ ਨੂਨ ਲੀਗ ਵਾਲੇ 8 ਨੂੰ ਨਹੀਂ ਜਿੱਤੇ ਇਲੈਕਸ਼ਨ ਤੇ 8 ਨੂੰ ਸੀ ਜਿੰਨੇ ਜਿੱਤਣਾ ਸੀ 8 ਨੂੰ ਹੀ ਜਿੱਤਣਾ ਸੀ 9 ਨੂੰ ਉਹ ਜਿੱਤੇ ਨੇ ਜਿਨ੍ਹਾਂ ਨੂੰ ਧਾਂਦਲੀ ਕਰਕੇ ਜਿਤਾਇਆ ਹੁਣ ਨੂਨ ਲੀਗ ਵਾਲੇ ਆਪ ਕਹਿੰਦੇ ਫਿਰਦੇ ਨੇ ਅਸੀਂ ਨਹੀਂ ਇਹ ਜਵੇਲ ਲਤੀਫ ਸਾਹਿਬ ਆਖਿਆ ਕਿ ਭਾਈ ਇਹ ਜਿਹੜੀ ਹਕੂਮਤ ਬਣੀ ਹੈ 9 ਤਰੀਕ ਦੀ ਹਕੂਮਤ ਬਣੀ ਹੈ 9 ਤਰੀਕ ਨੂੰ ਜਿਤਾਇਆ ਗਿਆ ਹੈ ਆਪਣੇ ਮੂੰਹ ਮੰਰੇ ਨੇ ਜਵੇਦ ਲਤੀਫ ਸਾਹਿਬ ਕੇ ਸਾਨੂੰ 9 ਤਾਰੀਖ ਨੂੰ ਧੱਕੇ ਨਾਲ ਜਿਤਾ ਕੇ ਧਾਂਦਲੀ ਨਾਲ ਜਿਤਾ ਕੇ ਹਕੂਮਤ ਬਣਾਤੀ ਗਈ ਹੈ ਨਾਲੇ ਆਂਦੇ ਨੇ ਜ਼ਬਰਦਸਤੀ ਸਾਡੇ ਹੱਥ ਪੈਰ ਬੰਨ ਕੇ ਸਾਨੂੰ ਹਕੂਮਤ ਚ ਸੁਟਿਆ ਗਿਆ ਅਸੀਂ ਤੇ ਲੈਣਾ ਨਹੀਂ ਚਾਹੁੰਦੇ ਸਾਂ ਜਵੇਦ ਲਤੀਵ ਇੱਥੇ ਹੀ ਨਹੀਂ ਰੁਕਦੇ ਆਂਦੇ ਨੇ ਮੈਨੂੰ ਨਿਛਤਾਇਆ ਗਿਆ ਜਿਹੜੇ ਨਵਾਸ਼ੀਵ ਦੇ ਕਰੀਬੀ ਬੰਦੇ ਸੀ ਉਹਨਾਂ ਨੂੰ ਨਹੀਂ ਜਿਤਾਇਆ ਗਿਆ ਇੱਥੇ ਨਹੀਂ ਰੁਕੇ ਹੋਣਾ ਗਿਆ ਜਿਹੜੇ ਅਦਾਰਿਆਂ ਦੇ ਸਰਬប្រਾਹਰ ਨੇ ਨਾ ਉਹ ਸਾਡੇ ਨਾਲ ਨੇ ਨਾ ਨਹੀਂ ਉਹਨਾਂ ਲਿਆ ਲੇਕਿਨ ਉਹਨਾਂ ਆਖਿਆ ਅਧਾਰਿਆਂ ਦੇ ਸਰਪਰਾ ظاہر ਗੱਲ ਹੈ ਉਹਨਾਂ ਦੇ ਬਾਰੇ ਗੱਲ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਜਿਹੜੇ ਅਧਾਰਿਆਂ ਦੇ ਸਰਪਰਾਰ ਨੇ ਨਾ ਉਹ ਸਾਡੇ ਨਾਲ ਨਹੀਂ ਅਧਾਰਿਆਂ ਦੇ ਵਿੱਚੋਂ ਬੰਦੇ ਨਾਲ ਨਹੀਂ ਜੇ ਵਿੱਚੋਂ ਨਾਲ ਹੁੰਦੇ ਤੇ ਧਾਂਦ ਲਈ ਚੰਗੀ ਤਰ੍ਹਾਂ ਨਾ ਕਰ ਲੈਂਦੇ ਇਹ 9 ਤਰੀਕ ਨੂੰ ਧਾਂਦ ਲਈ ਕਰਨੀ ਸੀ ਪਹਿਲਾਂ ਹੀ ਕਰ ਲੈਂਦੇ ਉਹਨਾਂ ਆਖਿਆ ਇਲੈਕਸ਼ਨ ਤੋਂ ਪਹਿਲਾਂ ਤੇ ਚੰਗਾ ਤੋਨਾ ਫੇਰਿਆ ਇਹਨਾਂ ਨੇ ਪੀਟੀਆਈ ਵਾਲਿਆਂ ਨੂੰ ਚੰਗਾ ਕੁੱਟਮਾਰ ਕੀਤੀ ਹੈ ਪਰ ਇਲੈਕਸ਼ਨ ਵਾਲੇ ਦਿਨ ਅਧਾਰਿਆਂ ਦੇ ਵਿੱਚੋਂ ਲੋਕਾਂ ਨੇ ਖਰਾਬੀ ਕੀਤੀ ਹੈ ਸ਼ਰਾਰਤ ਕੀਤੀ ਹੈ ਤੇ ਉਹਨੀ ਧਾਂਦਲੀ ਨਹੀਂ ਕੀਤੀ ਜਿੰਨੀ ਕਰਕੇ ਦੇਣੀ ਚਾਹੀਦੀ ਸੀ ਸਾਨੂੰ ਉਸ ਤਰੀਕੇ ਨਾਲ ਨਹੀਂ ਜਿਤਾਇਆ ये मैं नहीं फिर आखंड जब ए लतीफ साहब ने फिर अगर पार्टी कायद के साथ अगर हाथ हो गया मियाँ नवाजिफ के साथ हाथ हो गया तो फिर तो शुभाषिफ को गवर्नमेंट लेनी ही नहीं चा, चाहिए थी नहीं तो सुभाषिफ कब गवर्नमेंट ले रहे थे ले, ले रहे हैं अब ना जिस तरह दी गई है वो पता है सबको मैं मैं ये किस तरह दी गई है जिस तरह हुकूमत ठोंसी जा रही है करने बस छोड़े यार जिस तरह आठ फरवरी के हुए सही है।, है वो तो अब ये भी कल पंजाब असम्बली में बड़ी पॉपुलर बहस रही है आ, लोग पूछते रहे है एक, दूसरे से कि भाई तुम फरवरी यार अकीन हो या नौ फरवरी वाले तुम एमपीए हो तो ये भी बड़ी एक बहस चली हुई है पाकिस्तान के अंदर अच्छा मुझे जमिया साहब ये बताएं कि ये हुकूमत ये भी कायम होगी अगले हफ्ते मानते हैं अभी हकीकत है दिलचस्प है अच्छा ये बताए कि आठ फरवरी का है कोई नौ का है अच्छा मानते हैं आप सब कोई आर फैब्रिक एमपी है कोई नौ नो फैब्रिक एमपी है और आप ये मानते हैं नतीजे बदल हुए हैं नो फैब्रिक को आ, मैं मैं समझता नहीं मुझे यकीन है नजर आई हैं चीजें और है। ये लोगों ने अपनी मनपसंद लोगों को आगे पीछे किया है बदकिस्मती है इस पाकिस्तान की तो दूसरे साहब दूसरे पासे आसिफ कर्माणी साहब बयान दे देता है वो सीनियर आदमी है ਉਨਾ ਕਿਆ ਜਿਹੜਾ ਵਿਆਹ ਹੈ ਨਾ ਜਿਹੜਾ ਰਿਸ਼ਤਾ ਹੈ ਇਹ ਜ਼ਬਰਦਸਤੀ ਦਾ ਕਰਾਇਆ ਹੋਇਆ ਹੈ ਇਹ ਮਰਜ਼ੀ ਨਾਲ ਪੀਪਲਜ਼ ਪਾਰਟੀ ਦਾ ਤੇ ਨੂਨ ਲੀਗ ਦਾ ਰਿਸ਼ਤਾ ਨਹੀਂ ਹੋਇਆ ਇਹ ਜ਼ਬਰਦਸਤੀ ਨਾਲ ਕਰਾਇਆ ਤੇ ਅਗਲਿਆਂ ਨੇ ਚੌਰੀ ਨizamuddin ਨੇ ਦੱਸਿਆ ਕਿ ਜੇ ਤੁਸੀਂ ਇਕੱਠੇ ਹਕੂਮਤ ਨਹੀਂ ਬਣਾਓਗੇ ਤੇ ਫਿਰ ਤੁਹਾਡੇ ਕੋਲੋਂ ਪੰਜਾਬ ਦੀ ਹਕੂਮਤ ਵੀ ਖੋਲਾਂਗੇ ਕਿਉਂਕਿ ਉਹ ਵੀ ਤਾਂ ਲੁੱਟ ਮਾਰਤੀ ਐ ਨਾ ਉੱਤੋਂ ਵੀ ਤੁਸੀਂ 40 42 ਸੀਟਾਂ ਜਿੱਤੇ ਹੋ 200 200 ਸੀਟਾਂ ਚਾਹੀਦੀਆਂ ਨੇ ਉੱਥੇ ਹਕੂਮਤ ਬਣਾਉਣ ਵਾਸਤੇ ਤੇ ਉਹ ਵੀ 40 42 ਸੀਟਾਂ ਵਾਲੇ ਨੂੰ ਕਿਉਂ ਹਕੂਮਤ ਦੇਾਂਗੇ ਇਸ ਵਜ੍ਹਾ ਤੋਂ ਆਸਿਫ ਕਰਮਾਨੀ ਨੇ ਦੱਸਿਆ ਕਿ ਮਜਬੂਰਨ ਕਿਉਂਕ ਤੇ ਇਸ ਵਜ੍ਹਾ ਤੋਂ ਅਸੀਂ ਉਹਨੂੰ ਵਜ਼ੀਰੀਆਲਾ ਬਣਾਇਆ ਤੇ ਲੁੱਟਮਾਰ ਦੀ ਹਕੂਮਤ ਹੈ ਆਪ ਮੰਨ ਰਹੇ ਨੇ ਨੂਨ ਲੀਗ ਵਾਲੇ ਪਰ ਇਹ ਗੱਲ ਸੀ ਉਹਨਾਂ ਦੀ ਰਿਸ਼ਤਿਆਂ ਦੀ ਜਵੇਲ ਲਤੀਫ ਵੀ ਗੱਲ ਕਰ ਦਿੱਤੀ ਆਸੀਫ ਕਰਮਾਨੀ ਵੀ ਕਰ ਦਿੱਤੀ ਤੇ ਰੱਬ ਵੱਲੋਂ ਜਿਹੜੀ ਉਹਨਾਂ ਦੀ ਰਿਸ਼ਤੇ ਕਰਾਉਣ ਵਾਲੀ ਮਾਈ ਸੀ ਡਾਕਟਰ ਉਮਰ ਸੈਫ ਸਾਹਿਬ ਦਾ ਮਤਲਬ ਕਿ ਰਿਸ਼ਤੇ ਕਰਾਉਣ ਵਾਲੀ ਵੈਬਸਾਈਟ ਜਿਹੜੀ ਉਹਨਾਂ ਬਣਾਈ ਸੀ ਉਹ ਵੀ ਬੰਦ ਹੋ ਗਈ ਬਲਾਕ ਹੋ ਗਈ ਤੇ ਉਹ ਖਬਰ ਫਿਰ ਇਕੱਠੀ ਹੋ ਗਈ ਤੇ ਅਸੀਂ ਕਹਾਂ ਤੁਹਾਡੇ ਸਾਹਮਣੇ ਖਬਰ ਪੂਰੀ ਰੱਖਦੀ ਹੈ ਕਿ ਜਿਹੜੀ ਨੂਨ ਲੀਗ ਵਾਲੇ ਨੇ ਇਹ ਰਿਸ਼ਤੇ ਕਰਾਉਣ ਵਾਲੀ ਮਾਈ ਤੇ ਬਣੇ ਨੇ ਪਰ ਇਹਨਾਂ ਦੀ ਕਿਸਮਤ ਦੇ ਵਿੱਚ ਨਾ ਹੀ ਰਿਸ਼ਤੇ ਕਰ ਜਿਹੜੇ ਹੋਏ ਨੇ ਮੈਂ ਸਿਆਸੀ ਰਿਸ਼ਤਿਆਂ ਦੀ ਗੱਲ ਕਰਦਾ ਬਾਕੀ ਤੇ ਰਾਬ ਇਹਨਾਂ ਦੇ ਨਿਭਾਵੇ ਜੋ ਜੋ ਵੀ ਹੋਇਆ ਬਹਰਲ ਨਾ ਇਹਨਾਂ ਦੇ ਆਪਣੇ ਸਿਆਸੀ ਰਿਸ਼ਤੇ ਨਿਭਣੇ ਨੇ ਤੇ ਆ ਜਿਹੜੀ ਚੋਰੀ ਲੁੱਟਮਾਰ ਧੰਦਲੀ ਦੇ ਨਾਲ ਖੋਖਾ ਖਾ ਕੇ 9 ਤਰੀਕ ਨੂੰ ਹਕੂਮਤ ਬਣੀ ਹੈ ਨਾ ਇਹ ਨਿਭਣੀ ਹੈ ਤੇ ਇਹ ਤੁਸੀਂ ਵੇਖਣਾ ਥੋੜੇ ਚਿਰ ਬਾਅਦ ਇਹਨਾਂ ਇਹ ਰੋਂਦਿਆਂ ਹੋਇਆ ਦੱਸਣਾ ਕਿ ਜੀ ਅਸੀਂ ਤੇ ਵਿਆਹ ਕਰਨਾ ਦੀ ਸੀ ਚਾਹੁੰਦੇ ਸਾਡਾ ਧੱਕੇ ਨਾ ਕਰਵਾਇਆ ਗਿਆ ਜਿਵੇਂ ਅੱਜ ਇਹਨਾਂ ਦੀ ਵੈਬਸਾਈਟ ਬਲਾਕ ਹੋਈ ਹੈ ਓਵੇਂ ਹੀ ਇਹਨਾਂ ਦੀ ਹਰ ਸ਼ੈਪ ਬਲਾਕ ਹੋ ਜਾਣੀ ਹੈ ਇਹ ਪਿੰਡ ਦੇ ਲੋਕਾਂ ਨੂੰ ਸਾਰੀ ਗੱਲ ਦੱਸਣ ਦੀ ਜ਼ਰੂਰਤ ਸੀ ਕਿ ਇਹਨਾਂ ਦੇ ਕੋਲੋਂ ਆਪਣਾ ਧਿਆਨ ਰੱਖੋ ਇਹਨਾਂ ਲੁੱਟਮਾਰ ਕਰਨੀ ਹੈ ਬਸ ਚੁਕੰਨੇ ਰਵੋ ਹਰ ਥਾਂ ਤੇ ਇਹਨਾਂ ਦੇ ਉੱਤੇ ਅੱਖ ਰੱਖੋ ਕਿਉਂਕਿ ਜਿੱਥੋਂ ਇਹਨਾਂ ਨੂੰ ਜਿਹੜੀ ਸ਼ੈ ਲੱਭੀ ਇਹਨਾਂ ਲੁੱਟ ਕੇ ਨਿਕਲਣ ਦੀ ਗੱਲ ਕਰਨੀ ਹੈ ਇੰਝ ਹੀ ਜਿਵੇਂ ਕਿਸੇ ਨੂੰ ਪਤਾ ਹੋਵੇ ਮੇਰਾ ਰਿਸ਼ਤਾ ਬਹੁਤਾ ਚਿਰ ਨਹੀਂ ਨੰਬਣਾ ਤੇ ਉਹ ਫਿਰ ਵੇਖਦਾ ਵੀ ਕੋਸ਼ਿਸ਼ ਕਰਦਾ ਹੈ ਕਿ ਜੋ ਮੈਂ ਮੰਗ ਪੈਣ ਕੇ ਲੁੱਟਮਾਰ ਕਰਕੇ ਇਥੋਂ ਨਿਕਲ ਸਕਾਂ ਉਹ ਨਿਕਲ ਇਹਦੇ ਨਾਲ ਹੀ ਮੈਨੂੰ ਉਹਨਾਂ ਇਜਾਜ਼ਤ ਦਿਓ ਤੇ ਰਬ ਰਾਖਾ